ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ, ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ। ਮਿਲਾਉਂਦੇ ਜੀ ਤੁਹਾਨੂੰ ਬੰਦਾ ਆਇਆ ਵਾ ਜੀ ਇੱਕ ਆਪਣੇ ਕੋਲ, ਤੁਹਾਡਾ ਹਰਮਨ ਪਿਆਰਾ। ਮੈਂ ਪਹਿਲਾਂ ਆਪਣੀ ਗੱਲ ਸ਼ੇਅਰ ਕਰ ਲਵਾਂ, ਤੁਹਾਡੇ ਕੋਲ ਗਰਮੀ ਨੇ ਨਾ ਤੌਬਾ ਕਰਾਈ ਪਈ ਹੈ, ਅਤੇ ਜਾਣੀ ਇੱਕ ਤੋ ਵੈਸੇ ਮੈਂ ਦੇਖ ਲਿਆ, ਅੱਜ ਮੈਂ ਥੋੜ੍ਹਾ ਜਿਹਾ ਬਾਹਰ ਘੁੰਮ ਰਿਹਾ। ਜਦੋਂ ਬੰਦਾ ਏਸੀ ਦੇ ਵਿੱਚ ਬੈਠ ਜਾਂਦਾ ਨਾ, ਏਸੀ ਵਿੱਚ ਤਾਂ ਨਿਕਲਦਾ ਬਾਹਰ ਲੋ ਐਂ ਲੱਗਦੀ ਹੈ ਵੀ ਲੈ ਵੀ ਲੂੰ ਨੂੰ ਫੂਕ ਹੋ ਜਾਣਾ। ਪਰ ਮੈਂ ਅੱਜ ਕਾਫੀ ਘੁੰਮਿਆ ਬਾਹਰ ਥੋੜ੍ਹੀ ਜਿਹੀ, ਕੋਈ ਕੱਲ੍ਹ ਵਾਸਤੇ ਆਪਣੀ ਮੰਨ ਲਓ ਵੀ ਅੱਜ ਇਲੈਕਸ਼ਨ ਆ, ਤੁਹਾਡੇ ਕੋਲ ਜਦ ਵੀਡੀਓ ਪਹੁੰਚੀ ਆ, ਮੈਂ ਹੁਣ ਇੱਕ ਦਿਨ ਪਹਿਲਾਂ, ਤੁਹਾਨੂੰ ਪਤਾ ਸਾਰਿਆਂ ਨੂੰ, ਵੀ ਇੱਕ ਦਿਨ ਪਹਿਲਾਂ ਵੀਡੀਓ ਬਣਾਉਂਦਾ, ਅਤੇ ਮੈਂ ਇੱਕ ਦਿਨ ਪਹਿਲਾਂ ਦੀ ਹੁਣ ਤੁਹਾਨੂੰ ਗੱਲ ਵੀ ਅੱਜ ਮੈਂ ਸਾਰੇ ਪਾਸੇ ਮਤਲਬ ਇਲੈਕਸ਼ਨ ਦੇ ਤਿਆਰੀਆਂ ਦੇ ਵਾਸਤੇ ਘੁੰਮ ਰਿਹਾ ਤਾ, ਅਤੇ ਉੱਨੀ ਮਹਿਸੂਸ ਨਹੀਂ ਹੋਈ ਗਰਮੀ। ਅਤੇ ਜਦੋਂ ਮੈਂ ਹੁਣ ਉੱਪਰ ਏਸੀ ਵਿੱਚ ਤਾਂ ਵਾਪਸੀ ਆਇਆ, ਬਾਹਰ ਫਿਰ ਗਰਮੀ ਮਹਿਸੂਸ ਹੋ ਰਹੀ ਹੈ। ਇਹ ਗੱਲ ਮੰਨਣ ਲਈ ਸਾਡੇ ਮਨ ਦੀ ਆ ਗਰਮੀ ਔਰ ਠੰਡ, ਅਤੇ ਚਲੋ ਜੋ ਸਮਾਂ ਚੱਲਦਾ ਚੱਲਦਾ ਹੀ ਹੈ। ਨੱਠ ਭੱਜ ਜਿਹਦੇ ਵਿੱਚ ਅੱਜ ਮੇਰੇ ਕੰਮ ਵੀ ਅਪਸੈਟ ਜਿਹੇ ਹੋ ਗਏ, ਕੁਝ ਚਲੋ ਜਿਹੜੀਆਂ ਡਿਊਟੀਆਂ ਲੱਗੀਆਂ ਹੋਈਆਂ ਹੈ ਨਾ ਉਹ ਵੀ ਨਿਭਾਉਣੀਆਂ ਪੈਂਦੀਆਂ, ਅਤੇ ਫਿਰ ਮੈਨੂੰ ਹੁਣ ਦੁਪਹਿਰ ਦੇ ਟਾਈਮ, ਕਿੰਨਾ ਟਾਈਮ ਹੋ ਗਿਆ ਬਾਬੇ, ਪਹਿਲਾਂ ਮੇਰਾ ਫੋਨ ਵੀ ਉੱਪਰ ਰਹਿ ਗਿਆ, ਅਤੇ ਹਾਂ 2:26 ਲਓ ਜੀ, ਪੂਰੇ 2:30 ਵਜੇ, 2:30 ਵਜੇ ਤਾਂ ਸਮਝ ਲਓ ਵੀ 2:15 ਲੈ ਲਓ, 15 ਮਿੰਟ 'ਤੇ ਮੈਨੂੰ ਕਾਲ ਠਾ ਦੇ ਕੇ ਵੱਜੀ। ਮਹਾਂ ਵੀ ਇਹ ਕਿਹਦੇ ਕਾਲ ਆ ਗਈ, ਜਦ ਦੇਖਿਆ ਜੀ ਫਿਰ ਘੈਂਟ ਮਿਸਤਰੀ ਦਲਵਾਰਾ ਸਿੰਘ, ਪੋਲੀਟੀਕਲ ਸਾਇੰਸ, ਕਲਸੀ 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 ਕੋਲ ਤੇਰਾ, ਠੀਕ ਆ ਬਾਬੇ। ਅਤੇ ਉਹ ਉਹਨਾਂ ਨੇ ਮੈਨੂੰ ਕਾਲ ਕੀਤੀ, ਕਹਿੰਦੇ ਕਿੱਥੇ ਹੋ ਪ੍ਰਧਾਨ ਸਾਹਿਬ ਤੁਸੀਂ? ਮਹਾਂ ਜੀ ਆਪਣੇ ਘੌਂਸਲੇ ਵਿੱਚ ਆ ਮੈਂ। ਕਹਿੰਦੇ ਫਿਰ ਘੌਂਸਲੇ ਸੇ ਬਾਹਰ ਨਿਕਲੋ। ਮਹਾਂ ਵੀ ਕਿਆ ਕਰਨਾ, ਬਾਹਰ ਨਿਕਲ ਕੇ ਬੜੀ ਧੁੱਪ ਹੈ। ਕਹਿੰਦਾ ਮੈਂ ਵੀ ਤਾਂ ਧੁੱਪ 'ਚ ਖੜਾ ਬਾਹਰ ਤੇਰੇ ਵੇ, ਤਾਂ ਫਿਰ ਮੈਨੂੰ ਭਾਈ ਆਉਣਾ ਪਿਆ, ਬੰਦੇ ਦਾ ਹਾਲ ਚਾਲ ਜਾਣ, ਹੈਂ ਗਾਣਾ ਵੀ ਲਾਉਣਾ, ਲਾ ਜੋ ਮਰਜ਼ੀ ਗਾਈ ਗਈ ਤੇਰਾ, ਜਿਹੜਾ ਕੋਈ ਚਿੱਤ ਕਰਦਾ ਉਹ ਕਰ ਲਈ। ਤੁਹਾਨੂੰ ਮਿਲਾਉਂਦੇ ਜੀ ਆਪਾਂ ਸਾਡੇ ਹਰਮਨ ਪਿਆਰੇ ਮਿਸਤਰੀ ਸਾਹਿਬ, ਘੈਂਟ ਮਿਸਤਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਇੱਕ ਮਿੰਟ, ਤੈਂ ਫਤਿਹ ਤਾਂ ਬੁਲਾ ਤੀ, ਪਰ ਤੇਰਾ ਚਿਹਰਾ ਨਹੀਂ ਦਿਖਦਾ ਬਾਬੇ। ਉਹ ਦਿਖਾਲ ਆਏ ਹਾਏ ਹਾਏ ਹਾਏ, ਉਹ 'ਚ ਖੜੀ ਘੈਂਟ ਗੱਲਬਾਤ ਹੈ ਨਾ ਪੂਰੀ, ਘੈਂਟ ਗੱਲਬਾਤ। ਹੁਣ ਫਲਾ ਹੁਣ ਹੁਣ ਫਤਿਹ ਬੁਲਾ, ਹੁਣ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਚੜ੍ਹਦੀ ਕਲਾ ਤੇਰੇ ਪਾਣੇ ਸਵਾਦਾ ਭਲਾ ਭਲਾ, ਉਹ ਤੇਰੇ ਭੁੱਲ ਕੇ ਬਾਗ ਵਿੱਚ ਆ ਗਈ ਵੇ, ਤੈਨੂੰ ਹੱਸਦਾ ਦੇਖ ਸ਼ਰਮ ਆ ਗਈ ਵੇ, ਤੇਰੇ ਭੁੱਲ ਕੇ ਬਾਗ ਵਿੱਚ ਆ ਗਈ, ਉਹ ਇੱਕ ਫੁੱਲ ਤੋੜ ਲੈਣ ਦੇ, ਇੱਕ ਫੁੱਲ ਤੋੜ ਲੈਣ ਦੇ, ਪਤਾ ਰਿਹਾ ਨੀ ਮਰਾੜਾ ਮੇਰੇ ਮਹਾਨ ਨੂੰ, ਪਤਾ ਰਿਹਾ ਨੀ ਭਗਵੰਤ ਮਹਾਨ ਨੂੰ, ਹੱਥਾਂ ਦੀ ਲੱਗੀ ਦਿਲ ਜਾਣ ਦੇ, ਕੰਧ ਟੱਪ ਕੇ ਵਾਲੀ ਫੁੱਲ ਛੋੜਿਆ ਮੈਂ, ਕੰਢਿਆ ਦੀ ਵਾੜ ਟੱਪ ਕੇ, ਗੁਲਾਬੀ ਫੁੱਲ ਤੋੜਿਆ ਮੈਂ, ਕੰਢਿਆਂ ਦੀ ਵਾੜ ਟੱਪ ਕੇ, ਮੈਂ ਧੁੱਪ ਚ ਖੜੀ ਸਭ ਲਾ ਗਈ, ਉਹ ਇੱਕ ਫੁੱਲ ਤੋੜ ਲੈਣ ਦੇ, ਸਾਰਾ ਬਾਗ ਹਵਾਲੇ ਤੇਰੇ, ਨੀ ਹੱਸਦੀ ਨੇ ਫੁੱਲ ਮੰਗਿਆ, ਉਹ ਕਹਿੰਦਾ ਸਾਰਾ ਬਾਗ ਹਵਾਲੇ ਤੇਰੇ। ਅੱਛਾ, ਜਦੋਂ ਸੂਰਜਮੁਖੀ ਦਾ ਫੁੱਲ ਹੁੰਦਾ ਨਾ ਪੀਲਾ, ਉਹ ਚੜ੍ਹਦੇ ਪਾਸੇ ਚੜ੍ਹਦਾ, ਜਿੱਧਰ ਸੂਰਜ ਹੁੰਦਾ ਉੱਧਰ ਹੁੰਦਾ, ਉੱਧਰ ਨੂੰ ਹੁੰਦਾ, ਫਿਰ ਐਂ ਛੱਡਦਾ ਸੈਂਟਰ ਜਾ ਕੇ, ਫਿਰ ਐਂ ਨਾ ਬਣਾਉਂਦਾ, ਸੂਰਜ ਘੁੰਮੀ ਜਾਂਦਾ ਉੱਧਰ ਘੁੰਮੀ ਜਾਂਦਾ ਉਹ, ਫਿਰ ਇੱਕ ਅੰਜਣਾ ਅੰਜਣਾ ਉਸ ਰੇਲ ਦੇ ਡੱਬਿਆਂ ਨੂੰ ਖਿੱਚ ਲੈ ਅੱਗੇ ਧੂੰਏ ਵਾਲੇ ਅੰਜਣ ਦੇ ਕਾਲੇ ਕੋਲ ਦੇ, ਅੱਜ ਬੈਠ ਜਾਣ ਨਾਲ ਗੱਲ ਕਰਦੇ ਹਾਂ। ਹੁਣ ਅਸੀਂ ਇੱਥੇ ਦੇ ਮਾਤਾ ਅੰਜਣ ਧੂੰਏ ਨੂੰ ਦਿੱਲੀ ਜਾ ਰਿਹਾ, ਦਿੱਲੀ ਤੂੰ ਅੰਜਣ
ਕਾਲਾ ਤੇਲ ਤਾਂ ਚੜ੍ਹਦਾ ਤਾਂ ਕੋਲਾ ਪਾਉਂਦੇ ਤੇ। ਅੱਛਾ ਅੱਛਾ ਹਾਂ ਹਾਂ ਰੇਟ ਹੁੰਦੇ, ਹੁਣ ਤਾਂ ਬਿਜਲੀ ਵਾਲੇ ਹੋ ਗਏ ਨਾ। ਹਾਂ ਅੱਛਾ ਉਹ ਪੁਰਾਣੇ ਇੰਜਣ ਦੀ ਗੱਲ ਕਰਦਾ। ਹਾਂ ਉਹ ਧੂੰਆਂ ਮਾਰ ਕੇ ਅੱਡੇ ਨੂੰ ਅੰਡਨ ਤਕੜਾ ਨਾ ਉਹ ਬੈਠਦਾ ਜਹਾਂ ਹੋਵੇ, ਉਹ ਦਿੱਲੀ ਨੂੰ ਇਹ ਲਾਈਨ ਬਣਾ ਕੇ ਜਾਂਦਾ ਸਾਰੇ ਡੱਬਿਆਂ ਦੀ ਦਿੱਲੀ ਨੂੰ। ਹਾਂ ਜਾਂਦਾ ਬਣਾ ਜਾਂਦਾ ਨਾ। ਹਾਂ ਹਾਂ ਫਿਰ ਉਹ ਸਾਰੇ ਹੁੰਦੇ 13 ਦੀਆਂ 13 ਸੀਟਾਂ ਦਿੱਲੀ ਜਾਊਗੇ ਇਹ। ਕਿਹੜੀਆਂ? ਆਹ MP ਦੀਆਂ, ਪੰਜਾਬ ਦੇ MP ਯਾਰ ਕਿੱਥੇ ਨਾ ਕਿੱਥੇ ਕਰ ਲੇਗਾ। ਅੱਛਾ ਮੈਨੂੰ 13 ਸੈਟ ਤੇ ਨਹੀਂ ਹੈਗਾ ਚੰਡੀਗੜ੍ਹ ਤੇ, ਸ਼ਾਇਦ ਹੁਣ ਬਣ ਜਾਵੇ 14 ਸੈਟ ਤੇ ਜੁਣੀ ਬੈਠੀ ਆ। ਅੱਛਾ ਮੇਰੀ ਗੱਲ ਤਾਂ ਸੁਣੋ, ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਅੱਜ ਦੁਪਹਿਰ ਨੂੰ ਕਿੱਕਣਾ ਆਉਣਾ ਹੋ ਗਿਆ। ਮੈਂ ਇੱਕ ਤਾਂ ਮਤਲਬ ਆਇਆ ਵੀ ਕਿਆ ਪ੍ਰਧਾਨ ਸਾਹਿਬ ਕਿਆ ਪ੍ਰੋਗਰਾਮ ਸਵੇਰ ਦਾ ਵੀ ਕਿੱਥੇ ਆਪਣੇ ਬੂਥ ਲਾਉਣਾ, ਪਹਿਲਾਂ ਵੀ ਆਪਾਂ ਬੂਥ ਲਾਉਂਦੇ ਤੇ ਆਪਣਾ ਭਗਵੰਤ ਮਾਨ ਦਾ, ਹੁਣ ਤਾਂ ਮੈਂ ਲੀਡਰ ਇਹਨੂੰ ਪ੍ਰਧਾਨ ਸਾਹਿਬ ਨੂੰ ਮਿਲਣ ਆਇਆ ਵੀ ਆਹ ਬੂਥ ਆਪਾਂ ਨੇ ਕਿੱਥੇ ਲਾਉਣਾ। ਚੱਲ ਠੀਕ ਹੈ ਕੋਈ ਗੱਲ ਨਹੀਂ, ਇੰਨੀ ਕੁ ਤਾਂ ਤੂੰ ਫੋਨ ਤੇ ਹੀ ਗੱਲ ਕਰ ਲੈਂਦਾ, ਕਾਹਨੂੰ ਧੁੱਪ ਦੇ ਵਿੱਚ ਦੌੜਿਆ, ਨਾਲੇ ਕੰਮ ਪਰ ਗਿਆ ਵਾ ਅੱਜ। ਮੈਂ ਤਾਂ ਪੰਜ ਰਹਿਣਾ ਮੈਂ ਮਿਸਤਰੀ ਆ, ਖਾਨਦਾਨੀ ਮਿਸਤਰੀ ਆ ਕਰਸੀ, ਮੈਂ ਕਿਸੇ ਦੇ ਕੰਮ ਕਰਦਾ ਤਾ ਜੀ। ਜਦੋਂ ਉੱਪਰ ਆਪਾਂ ਨਿਊ ਰੱਖਦੇ ਹਾਂ ਮਿਸਤਰੀ ਸ਼ਗਨ ਲੈਂਦੇ, ਤੇਲ ਚਾਉਂਦੇ ਆ, ਹਲਦੀ ਟਿੱਕਾ ਪੰਡਿਤ ਉਹਨਾਂ ਦਾ ਹਜ਼ਾਰ, ਸਾਡਾ ਮਿਸਤਰੀਆਂ ਦਾ ਹਜ਼ਾਰ, ਉਹਨਾਂ ਦਾ ਮੈਂ ਮਿਸਤਰੀ ਕੰਮ ਕਰਨਾ, ਜੇ ਪੰਡਿਤ ਦਾ ਮੈਂ ਪੰਡਿਤ ਨਾਲ ਕਰ ਲੈਂਦਾ, ਜੇ ਹੋਰ ਦਾ ਜਾਂ ਉਹਨਾਂ ਦਾ ਵਰਗਾ ਕੰਮ ਲੈਂਦਾ। ਠੀਕ ਹੈ ਗੱਲ। ਅਸੀਂ ਅੱਜ ਗਾਟਰ ਟੰਗਣ ਲੱਗੇ ਸੀ ਜੀ ਉੱਪਰ, ਮੈਂ ਖਾਨਦਾਨ ਵਿੱਚ ਮਹਾ ਜੀ ਖੰਭਣੀ ਲਿਆਓ, ਉਹ ਕਹਿੰਦਾ ਵੀ ਮਾਲਕ ਨੇ ਖੰਭਣੀ ਦੇਣੀ ਸੀ ਮਿਸਤਰੀ ਨੂੰ, ਚਾਹੇ 1 ਰੁਪਇਆ ਦਾ ਚਾਹੇ 11 ਰੁਪਈਏ ਦਿੰਦਾ, ਤੇ ਇੱਕ ਭਈਆ ਦਾ ਸਾਡਾ ਹੈ ਤਾਂ ਮੇਰਾ ਪੁੱਤੇ ਸਿੱਖਿਆ ਵਾ, ਉਹ ਕਹਿੰਦਾ ਤੂੰ 1 ਨਹੀਂ ਚੜਾਉਂਦੇ, ਮੈਂ ਕਿਹਾ ਮੈਂ ਨਹੀਂ ਚੜਾਉਣੇ, ਮਾਲਕ ਦੀ ਸ਼ਗਲ ਲਾਊਂਗਾ, ਤਾਂ ਮੈਂ ਕੰਮ ਛੱਡ ਕੇ ਆ ਗਿਆ ਉੱਤੇ। ਅੱਛਾ ਮਤਲਬ ਤੂੰ ਅੱਜ ਕੰਮ ਪਰ ਗਿਆ ਵਾ ਤਾਂ? ਗਿਆ ਵਾ ਜੀ, ਇਹ ਖੰਭਣੀ ਪਿੱਛੇ, ਖੰਭਣੀ ਪਿੱਛੇ ਛੱਡਿਆ ਆ। ਹਾਂ ਉਹ ਥੱਲੇ ਪੈਰ ਦੇ, ਤੂੰ ਉੱਪਰ ਕਦੇ ਉੱਠੀ ਜਾ ਸਕਦਾ ਦਿੰਦੇ, ਅਸੀਂ ਹਰਾ ਖੱਬਲ ਬੰਨਦੇ ਖੰਭਣੂ, ਫਿਰ ਟਾਇਰ ਨੂੰ ਬੰਨਦੇ ਪਹਿਲਾਂ। ਨਹੀਂ ਉਹ ਕੰਮ ਮੈਨੂੰ ਐਂ ਦੱਸ ਵੀ ਉਹ ਕਾਤੇ ਬੰਨਦੇ ਹੁੰਦੇ ਆ ਉਹ? ਉਹ ਬੰਨਦੇ ਹੁੰਦੇ ਵੀ ਹਰਿਆਲੀ ਆ ਜਾਵੇ ਤਾਂ ਵੀ ਅੱਗੇ ਲਟੈਨ ਬੰਨਦੇ ਨੇ, ਮਿਸਤਰੀ ਨੂੰ ਸ਼ਗਨ ਦਿੰਦੇ ਨੇ। ਹਾਂ ਦੱਸ ਅੱਗੇ ਜਨਾਨੀਆਂ ਨਾ ਜਾਂ ਗੱਡ ਟੰਗਾਂ ਮਿਸਤਰੀ ਰਾਣੀਆਂ ਕੋਈ ਕੁਛ ਬੰਨ ਕੇ ਦਿੰਦੀ, ਸ਼ਗਨ ਬੰਨ ਜੀ ਇੱਥੇ ਮੰਦਰ ਗਿਰਗੁਰ ਨਾ ਜਾਈਏ ਛੱਤ ਛੁੱਤ। ਅਸੀਂ ਪੱਥਰ ਟੇਕਦੇ ਹਾਂ ਜੀ। ਅੱਛਾ ਮੰਦਰ ਮੇਰਾ, ਮੈਂ ਨੂੰ ਪੱਥਰ ਰੱਖਿਆ ਸੇਵਾ, ਮੇਰਾ ਮਾਮਾ ਚੇਅਰਮੈਨ ਮੰਦਰ ਪਿਛਕਾ ਮੰਦਰ, ਮੈਂ ਨੂੰ ਪੱਥਰ ਬਚਨਾ ਰਚਨਾ ਬੰਦੇ ਮਾਲਾ ਦਿੱਤੇ ਮੇਰੇ ਭਾਈ, ਉਹਨਾਂ ਨੇ ਸਰੀਆ ਬੰਨੇ। ਜੇ ਲਹਿਰੀ ਸ਼ਾਹ ਮੰਦਰ ਜਿਹੜਾ ਉਹ ਆ, ਉਹ ਬਜੈਰਾ ਮਿਸਤਰੀ ਦਾ ਬਬਰਾਲੇ ਵਾਲਾ, ਬਾਊ ਰਾਮ ਮਿਸਤਰੀ ਚਮਕੌਰ ਸਾਹਿਬ ਵਾਲਾ ਮਿਸਤਰੀ। ਹਾਂ ਯਾਰ ਮੈਨੂੰ ਐਂ ਦੱਸ, ਇੱਕ ਜਿਹੜਾ ਰਾਮ ਮੰਦਰ ਆ, ਗੱਲਾਂ ਯਾਦ ਕਿੱਥੇ ਤੇ ਰਹਿੰਦੀਆਂ? ਰਾਮ ਮੰਦਰ ਆ, ਮੈਡਮ ਜੀ ਗਿਆਨੀ ਜੈ ਸੁਖਰਾਮ ਨੇ ਬਾਬੂ ਉੱਥੇ ਦਾ, ਮੈਂ ਸਾਰੀ ਰਾਮ ਮੰਦਰ 'ਚ ਨੰਗੇ ਪੈਰੀ ਯਾਤਰਾ ਕਰੀ, ਜਿਕਰਾ ਰਾਹੁਲ ਗਾਂਧੀ ਨੇ, ਮੈਡਮ ਕਹਿੰਦੀ ਗਿਆਨੀ ਜੈ ਸੁਖ ਰਹਿੰਦੀ ਆ, ਕਹਿੰਦੀ ਜਰਾਬਾਂ ਪਾ ਦਿਓ ਮਿਸਤਰੀ, ਮੈਂ ਕਿਹਾ ਠੰਡੀ ਵਿੱਚ, ਮੈਂ ਪਤਾ ਮੈਂ ਜਿਕਣਾ ਰਾਹੁਲ ਗਾਂਧੀ ਨੇ ਯਾਤਰਾ ਕਰੀ ਨੰਗੇ ਪੈਰੀ ਰਾਮ ਮੰਦਰ ਦੀ ਯਾਤਰਾ ਕਰੀ, ਰੋਪੜ ਰਾਮ ਮੰਦਰ। ਮੇਰੀ ਗੱਲ ਤਾਂ ਸੁਣ ਲਓ, ਬੈਠ ਜਾ ਥੱਲੇ, ਮੈਨੂੰ ਐਂ ਦੱਸ ਤੂੰ ਸ਼ਕਤੀ ਵਾਟਰ ਗ੍ਰਹਿਣ ਕਰਕੇ ਆਇਆ ਕਿਤੇ? ਨਹੀਂ ਨਹੀਂ ਹਾਂ ਕਿ ਐਕਣਾ ਹੀ ਆ ਬਸ, ਐਕਣਾ ਮੇਰੇ ਬੋਲਿਆ ਉੱਥੇ ਵੀ ਕਹਿੰਦੇ ਘਰ ਦੇ ਵੀ ਕਹਿੰਦੇ ਬੋਲੀ ਜਾਂਦਾ, ਮਹਾਂ ਬੋਲਣਾ ਜ਼ਰੂਰ ਹੁੰਦਾ, ਰਵੀ ਸਪੀਕਰ ਤਾਂ ਭਾਸ਼ਣ ਬੰਦਾ ਦਾ ਰਵੀ ਸਪੀਕਰ ਦੁਮਣਾ ਰਵੀ ਬੋਲਦੇ ਸੀ, ਦੁਮਣਾ ਪ੍ਰਾਈਮ ਮਿਨਿਸਟਰ ਰਾਜ ਰੋਪੜ ਉਸੇ ਨੇ ਬਣਾ ਦਿੱਤੇ ਸਿੰਧ ਬਣਾ। ਉਹ ਮੇਰੀ ਗੱਲ, ਉੱਥੇ ਮੈਂ ਗੇਟ ਲਾ ਕੇ ਆਇਆ, ਬੁੱਧੀ ਰਾਜਾ ਖਿਡਾਰੀ ਦਾ ਮਿਸਤਰੀ। ਮਿਸਤਰੀ ਜੀ ਗੱਲ ਤਾਂ ਸੁਣੋ, ਤੁਸੀਂ ਸੱਚੀ ਹੋ ਅੱਜ ਕੰਮ ਛੱਡ ਕੇ ਆਏ ਹੋ? ਖੰਮਣੀ ਪਿੱਛੇ ਛੱਡਿਆ? ਹਾਂ ਛੱਡਿਆ ਮੈਂ ਖੰਮਣੀ ਪਿੱਛੇ, ਕੀ ਮਿਸਤਰੀ ਦਾ ਸ਼ਗਨ ਹੁੰਦਾ, ਚਾਹੇ ਮਾਰ 1 ਰੁਪਈਆ ਖੰਮਣੀ ਤੇ ਖੱਬਰ ਬਣ ਕੇ ਪਾਵੇ, ਪਹਿਲਾਂ ਤੇ ਚੱਲਦਾ ਜੀ।
ਹਾਂ ਚੱਲਦਾ ਤਾਂ ਹੈਗਾ, ਇਹ ਗੱਲ ਮੰਨਦਾ, ਆਪਣੇ ਵੀ ਦਿਖਾਇਆ ਔਰ ਰੱਖੇ ਆਪਾਂ ਨੇ ਸਰਵੇ ਦੀ ਗੱਲ। ਪਹਿਲਾਂ ਸਿੱਧੀ ਗੱਲ ਟ੍ਰੇਨਾਂ ਪਾਉਂਦੇ ਜਾਂਦੇ ਤਾਂ ਮਿੱਟੀ ਬੰਦੇ ਨਹੀਂ ਅੱਜ, ਫਿਰ ਹੁਣ ਤੂੰ ਬੂਥ ਵਾਲੇ ਚੱਕਰ 'ਚ ਆਇਆ ਮੇਰੇ। ਹਾਂ ਮੈਂ ਪੁੱਛਿਆ ਵੀ ਤੈਂ ਲਿਫਾਫੇ ਲੈਂਦੇ, ਮੈਂ ਕਿਹਾ ਚੱਲ ਕੱਲ੍ਹ ਨੂੰ ਛੁੱਟੀ, ਲਿਫਾਫੇ ਝੋਲੇ ਆਪਣੇ ਕੋਲ ਥੋੜ੍ਹੀ ਦੇਰ ਤੱਕ ਪਹੁੰਚਣੇ ਵਾਲੇ ਆ। ਠੀਕ ਹੈ, ਉਹ ਗਏ ਵੇ ਆ ਐਮਐਲਏ ਦੇ ਦਫ਼ਤਰ ਨੂੰ। ਮੈਨੂੰ 15 ਸਾਲ ਹੋ ਗਏ। ਓਹੋ, ਮੈਂ ਮੁਕਤਸਰ ਵੀ ਗਿਆ ਕੇਸੀਆਰ ਕੱਟ, ਫਿਰ ਬਠਿੰਡੇ ਗਿਆ, ਫਿਰ ਬਾਘਾ ਪੁਰਾਣਾ, ਫਿਰ ਪਟਿਆਲੇ। ਯਾਰ ਉੱਧਰ ਬਿੰਦਰ ਦੀ ਦੁਕਾਨ ਵੀ ਬੰਦ ਆ, ਤੈਨੂੰ ਠੰਡੇ ਹੀ ਬੁਲਾਉਂਦਾ, ਮੈਂ ਥੋੜ੍ਹਾ ਤੈਨੂੰ ਠੰਡੇ ਹੀ ਕਰ ਦਿੰਦਾ। ਨਹੀਂ ਚਲੋ ਬਸ ਬਸ, ਘਰ ਰੋਟੀ ਪਾਣੀ ਛੱਕ ਗਿਆ ਮੈਂ, ਮੈਂ ਇਹੀ ਪੁੱਛਣਾ ਦੱਸਦੇ ਬਾਈ। ਪੱਕੀ ਗੱਲ? ਹਾਂਜੀ ਪੱਕੀ। ਹੁਣ ਤੂੰ ਫ੍ਰੀ ਹੈ ਮੈਨੂੰ ਆਇਆ? ਹਾਂ ਫ੍ਰੀ ਹੈ ਜੀ, ਫ੍ਰੀ। ਮੈਂ ਇੱਕ ਪੱਖਾ ਫਿਰ ਮੈਂ ਨਾ ਹੁਣ ਰੱਤੇ ਵਾਲੀ ਜਾਂ ਉਹਨਾਂ ਦੇ ਨਿਸ਼ਾਨ ਲਾ ਕੇ ਆਉਣੇ। ਅੱਛਾ, ਮਿਸਤਰੀ ਆ ਵੀ। ਅੱਛਾ ਅੱਛਾ ਠੀਕ ਹੈ, ਜਾਣੀ ਕਿਸੇ ਦੇ ਕੰਮ ਸ਼ੁਰੂ ਕਰਨਾ? ਹਾਂ ਸ਼ੁਰੂ ਕਰਨਾ ਜੀ, ਕੱਲ੍ਹ ਦਾ ਦਿਨ ਵੋਟਾਂ ਪਾ ਕੇ ਪਰਸੋਂ ਸ਼ੁਰੂ ਕਰ ਦੇਣਾ ਜੀ। ਅੱਛਾ, ਕੱਲ੍ਹ ਵੋਟਾਂ ਪਾ ਕੇ ਨਾ? ਹਾਂ ਵੋਟਾਂ, ਵੈਰੀ ਗੁੱਡ। ਚਾਹੇ ਮੈਨੂੰ ਪੋਲਿੰਗ ਏਜੰਟ ਬਣਾ ਲਓ, ਚਾਹੇ ਜੋ ਬਾਹਰ ਖੜਾ ਲਓ ਬੂਥ 'ਤੇ, ਜਿੱਥੇ ਮਰਜ਼ੀ ਜਿੱਥੇ ਮਰਜ਼ੀ ਖੜਾ ਲਓ, ਝੋਟਾ ਮਿਸਤਰੀ ਆ ਘੈਂਟ। ਕਿਹਦਾ ਫੈਨ ਆ ਫਿਰ ਤੂੰ, ਕਿਹੜੇ ਉਹਦਾ ਫੈਨ ਆ? ਝਾੜੂ ਵਾਲੇ ਦਾ? ਕਿਹਦਾ? ਝਾੜੂ ਵਾਲਾ ਮੈਂ, 15 ਸਾਲ ਹੋ ਗਏ ਝਾੜੂ ਫੇਰਦੇ ਨੂੰ ਸੜਕਾਂ ਪਰ। ਕਮੇਟੀ ਦਫ਼ਤਰ ਝਾੜੂ ਵਾਲੇ, ਅਸੀਂ ਗੰਦ ਨਹੀਂ ਸਾਫ਼ ਕਰਦੇ ਸੀ। ਉਹ ਆ ਜਾ ਗੁਰੂ, ਐਸੋ ਦਾ ਭਗਵਾਨ ਨੇ 92 ਸੀਟਾਂ, ਬੜੇ ਬੜੇ ਪੇਪਰ ਬਰੋਟੇ ਘਾ ਸਿੱਟਦੇ। ਹਾਂ ਯਾਰ ਰੱਬਾ ਮੇਰਿਆ, ਸਵਰਾਜ ਨੇ ਚੰਗੇ ਕੰਮ ਕਰੇ ਤਾਂ ਹੀ 92 ਸੀਟਾਂ ਪਈਆਂ। ਹੁਣ ਕੰਮ ਠੀਕ ਕਰਦਾ ਉਹ? ਹੈਂ ਵਧੀਆ, ਇੱਕ ਨੰਬਰ ਕੰਮ। ਤੂੰ ਜ਼ਿਮੀਦਾਰ ਮਿਲਦੇ ਤੁਹਾਨੂੰ? ਮਿਲਦੇ ਸਾਰੇ, ਸਾਰੇ ਕਾ ਕਹਿੰਦੇ ਵਧੀਆ ਕੰਮ ਕਰ ਰਹੇ? ਵਧੀਆ ਕੰਮ ਕਰਦਾ ਕਹਿੰਦੇ। ਅੱਛਾ, ਕਿਉਂਕਿ ਚਲੋ ਤੁਸੀਂ ਵੀ ਨਵੇਂ ਨਵੇਂ ਪਿੰਡਾਂ 'ਚ ਜਾਂਦੇ ਰੋਜ਼? ਦੇਖੋ 2 ਸਾਲ ਹੋਏ, 5 ਸਾਲ ਦੇਖੋ। ਹਾਂ ਪਹਿਲਾਂ 5 ਸਾਲ ਪੂਰੇ ਸੀ ਯਾਰ, 15 ਸਾਲ ਪਹਿਲਾਂ ਸ਼ੀਲਾ ਮੋਦੀ ਜਿੱਤਦਾ ਦਾ। ਸ਼ੀਲਾ ਮੋਦੀ? ਸ਼ੀਲਾ ਦੀਕਸ਼ਿਤ ਜੀ? ਹਾਂ ਸ਼ੀਲਾ ਦੀਕਸ਼ਿਤ ਜਿੱਤਦੀ ਸੀ। ਹਾਂ ਹੈਂ, ਫਿਰ ਉਹਨਾਂ ਮੋਦੀ ਜਿੱਤ ਗਿਆ ਤਾ ਉਹ, ਫਿਰ ਕਾਂਗਰਸ ਨੇ 7 ਸੀਟਾਂ ਲਈਆਂ ਅਤੇ ਅਸੀਂ ਜਾਂ ਸਮਰਥਨ ਦਿੱਤਾ, ਫਿਰ ਮੁੱਖ ਮੰਤਰੀ ਬਣਿਆ, ਫਿਰ ਸਮਰਥਨ ਵਾਪਸ ਕਰਦੇ ਇਹਨਾਂ ਨੇ 7 ਸੀਟਾਂ, ਕੇਸੀਆਰ ਦੀ ਸਰਕਾਰ ਚੁੱਕੀ। ਹਾਂ ਫਿਰ ਪਤਾ 3 ਵਾਰ ਮੁੱਖ ਮੰਤਰੀ ਬਣਦਾ, ਜੇ ਚੰਗੇ ਕੰਮ ਕਰਦਾ ਤਾਂ ਹੀ ਮੁੱਖ ਮੰਤਰੀ ਬਣਦਾ। ਇਹੀ ਗੱਲ ਆ ਬਾਈ। ਹਾਂ ਦੱਸੋ, ਚੱਲ ਫਿਰ ਹੁਣ ਮੇਰੀ ਗੱਲ ਸੁਣ। ਹੁਣ ਚੱਲ ਬਾਜੀ, ਵੈਗਰੂ ਕਾਸਾ ਵੈਗਰੂ ਫਤਿਹ, ਮੇਰੀ ਗੱਲ ਤਾਂ ਤੁਹਾਨੂੰ ਪਤਾ ਤਾਂ ਜਿਹੜੀ ਹੋ ਗਈ ਸਾਰੀ। ਹੁਣ ਮੈਂ ਐਂ ਕਹਿੰਦਾ, ਮੇਰੇ ਕੋਲ ਨਾ ਇੱਕ ਨਾ ਮੇਰੀਆਂ ਮੈਸਾਂ ਦਾ ਪੱਖਾ ਸੜ ਗਿਆ ਫਰਾਟਾ, ਮੇਰੇ ਕੋਲ ਦੂਆ ਛੱਤ ਵਾਲਾ ਪੱਖਾ ਟੰਗਣਾ ਪਰਮਟ ਜਾਲਾ ਪੜਾ ਕਹਿੰਦੇ ਬਾਈ ਜੀ, ਹੱਬ ਕਰ ਖਾ ਦੋ ਮੇਸੀ ਆਨ ਲੈਂਡਰ ਆਨ ਲੈਂਡਰ, ਹਲ ਵੀ ਵਾ ਦਿੰਦਾ, ਟਰੈਕਟਰ ਵੀ ਚਲਾ ਦਿੰਦਾ, ਝਾੜੂ ਵੀ ਮਾਰ ਦਿੰਦਾ, ਭਾਂਡੇ ਵੀ ਧੋ ਦਿੰਦਾ, ਸਭ ਕੁਝ ਕਰਦਾ। ਉਹ ਤੇਰੀ ਭਲਾ ਹੋ ਜੇ, ਜੋ ਮਾਰ ਕਰਾਵੇ ਵਿੱਚ ਕਰ। ਪੇਸ਼ਕਸ ਦੇਖੀਏ, ਮੈਂ ਸੋਚਦਾ ਸੀ ਮੈਂ ਕੋਈ ਬੰਦਾ ਮਿਲ ਜਾਵੇ ਮੈਨੂੰ, ਮੈਂ ਟੰਗ ਲਈ ਉਹਨੂੰ ਮੂੰਹ ਵਖਾ ਕੋਈ ਮਾਸ ਜ਼ਰੂਰੀ ਬਣਨ ਗਏ, ਮਾਸ ਤਾਂ ਜ਼ਰੂਰੀ ਆ, ਅੱਜ ਕੱਲ੍ਹ ਤੇਰੀ ਬਿਮਾਰੀ ਮੈਨੂੰ ਲੱਗ ਜਾਵੇ। ਮੈਡਮ ਮੈਡਮ ਡਾਕਟਰ ਨਹੀਂ ਆ, MBS ਭਗਵੰਤ ਦੇ ਘਰ ਵਾਲੀ MBS ਡਾਕਟਰ ਮੈਡਮ। ਅੱਛਾ, ਹਾਂ ਤੇਰੀ ਬਿਮਾਰੀ ਮੈਨੂੰ ਲੱਗ ਜਾਵੇ ਹੈ, ਯਾਨੀ ਮੈਂ ਬਿਮਾਰ ਫਿਰਦਾ, ਇਹਦਾ ਮਤਲਬ? ਮੈਂ ਕਿਆ ਪਤਾ ਕਵਾਰ ਹਰਿਆਣੇ ਜੀ ਆ। ਹਾਂ ਭਗਵੰਤ ਮਾਨ ਜਿਹੜਾ ਆਪਣਾ ਉੱਥੇ ਦਾ ਮੁੱਖ ਮੰਤਰੀ ਆ। ਕਿੱਥੇ ਦਾ ਭਗਵੰਤ ਮਾਨ ਮੁੱਖ ਮੰਤਰੀ? ਯਾਰ ਅੱਛਾ, ਪੰਜਾਬ ਦਾ ਖੱਟੇ ਉਹਦੇ ਨਾਲ ਬੈਠ ਕੇ ਫੋਟੋ ਦੇਖੀ ਮੈਂ। ਅੱਛਾ, ਹਾਂ ਥੱਲੇ ਦੱਬਣਾ ਪੈਣਾ ਉਹਨਾਂ ਸਾਰਾ ਦੱਬਣਾ ਉਹਦੇ ਇੱਥੇ ਤੇ ਨਹੀਂ ਖਾਤੇ ਦੱਬਣਾ।
ਬਸ 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 ਹਰ ਵੀ ਸਾਰੇ ਫੋਟੋ ਜੇ ਲੱਗੀ ਜਾਂਦੇ ਮੈਨੂੰ ਉਹ ਜਿਹੜੇ ਸਿੱਧੇ ਕਰ ਦੋ ਪਤਾ ਅਸੀਂ ਨਾ ਮਿਸਤਰੀ ਪਠਾਨ ਲੋਹਾਰ ਅਸੀਂ ਤੱਕਲੇ ਵੀ ਬਣ ਛੱਡਦੇ ਤੱਕਲੇ 'ਚ ਬਣ ਨਹੀਂ ਛੱਡਦੇ ਹਾਂ ਸਿੱਧਾ ਤੀਰ ਮੰਗਾਂ ਗਾ ਸਿੰਘਾਂ ਦੇ ਤੀਰ ਬੈਠੇ ਆ ਨਾਨੂ ਸਾਹਿਬ ਦਿਖਾਏ ਨੀ ਸਿੰਘਾਂ ਨੇ ਦਿਖਾਏ ਨਾ ਹਾਂ ਉਹ ਚੀਜ਼ ਕਰ ਦੋ ਜੇ ਵੇਲ ਨਾ ਛੁੱਟੀ ਨਾ ਫੜਦਾ ਹੋਵੇ ਤਾਂ ਅਸੀਂ ਫਿਰ ਰੇਲ ਵਿੱਚ ਮਾਰਦੇ ਟੱਕਰਾ ਜੀ ਕਿਆ ਨਾ ਫੜਦਾ ਹੋਵੇ ਵੇਲ ਨਾ ਜੇ ਛੁੱਟੀ ਵੇਲ ਜੀ ਹੁੰਦੀ ਹੈ ਨਾ ਤੁਸੀਂ ਤਰਖਾਣ ਆ ਕਿਆ ਹੈ ਲੋਹਾਰ ਤਰਖਾਣ ਤੁਸੀਂ ਦੋ ਚੀਜ਼ਾਂ ਹੈ ਦੋ ਚੀਜ਼ਾਂ ਅਸੀਂ ਸਰਟੀਫਿਕੇਟ ਮੇਰੇ ਕੋਲ ਦੋ ਚੀਜ਼ਾਂ ਦੇ ਆ ਅੱਛਾ ਮੇਰੇ ਬਾਪ ਨੇ ਮਨਸੂਬੇ 40 ਸਾਲ ਕੰਮ ਕਰਿਆ ਲੋਹਾਰਾ ਦਿਖਾਣਾ ਮਾਲਾ ਬੋਲਿਆਂ ਦਾ ਕੰਮ ਕਰਦੇ ਤੇ ਛੰਨੀਆਂ ਦਾਸ ਜੱਟ ਦਾ ਕਰਦੇ ਤੇ ਫਿਰ ਝੋਟੇ ਕੁੱਟ ਬੁੱਢੇ ਭਰੇ ਲੋਕ ਸੀ ਅੱਛਾ 40-40 ਰੁਪਏ ਬਣਾਏ ਆ ਮੇਰਾ ਬਾਪ 10ਵੀਂ ਫਾਟ ਵੀ ਚੱਲ ਗਿਆਨੀ ਚੰਦ ਸਿੰਘ ਕੋਠੀ ਹੈ 3 ਮੰਜ਼ਲੀ ਵੈਸੇ ਮੈਂ 3 ਮੰਜ਼ਲੀ ਕਾਸੀ ਜਾਦੀ ਅਦਰਸ਼ਨ ਕੇ 2 ਮੰਜ਼ਲੀ ਘੈਣ ਮਿੱਟੀ ਰੋਪੜ ਪਲਾਟ ਆ 400 ਗੱਜ ਦਾ ਚੱਕੀ ਆ ਘਰ ਦੇਖੋ ਕਾਸੀ ਜਾਦ ਆ ਕੇ ਬਾਬਾ ਝੁੰਗੀ ਕਹਿੰਦਾ ਗਰੀਬ ਦੀ ਝੁੰਗੀ ਹੈ ਬਾਈ ਅੱਗੇ ਝੁੰਗੀਆਂ ਟੈਨ ਵੀ ਕੱਢਦੇ ਕੱਚੇ ਕੋਠੇ ਦੇ ਕਰ ਦਿੱਤੇ ਨਾ ਢਹਿਦਾ ਢਹਿਦਾ ਜਾਂਦਾ ਢਹਿ ਜਾਂਦੇ ਸਾਂਝੇ ਫਿਰ ਟੋਬੇ 'ਚ ਗਾਲਾ ਗਾਇ ਪੰਜਾਬ ਦੇ ਟੋਬੇ 'ਚ ਕੱਚੇ ਕੇ ਟੁੱਬੇ 'ਚ ਮਦਦ ਕਰਦੇ ਤੇ ਆਪਾਂ ਕਰਦੇ ਤੇ ਕਰਦੇ ਨਾ ਇੱਕ ਦੋ ਅੱਜ ਤੇਰੇ ਕੋਠਾ ਲਪਾਉਣਾ ਕੱਲ੍ਹ ਨੂੰ ਮੇਰਾ ਲਪਾਉਣਾ ਤਾਂ ਯਾਰ ਕੱਚੇ ਕੋਠੇ ਨੂੰ ਜੇਕਰ ਲਿੱਤੀਆਂ ਢਹਿਦਾ ਢਹਿਦਾ ਢਹਿ ਜਾਂਦੇ ਹੋਰ ਸੀ ਗੱਲ ਗੱਲ ਹੋਰ ਵੀ ਜੁੜਦੀ ਹੈ ਇੱਕ ਦੇਖੋ ਹਾਸੀ ਜੀ ਗੱਲ ਤੋਂ ਗੁੱਸਾ ਨਾ ਕਰੇ ਨਹੀਂ ਗੁੱਸਾ ਨਹੀਂ ਕਰਦਾ ਮਾਮਾ ਦੇਖੋ ਕੋਈ ਜੱਟ ਦੀ ਸਿੱਟੀ ਜੀ ਟੁੱਟ ਗਈ ਜੱਟ ਦੀ ਸਿੱਟੀ ਜੀ ਰੁੱਕ ਗਈ ਹਾਂ ਕਹਿਣਾ ਬਾਈ ਕਰਦੇ ਤੇ ਉਹ ਥੰਮੀ ਦੇਣ ਗਿਆ ਬੰਦਾ ਇੱਥੇ ਦਾ ਭਾਵਰ ਪਿੰਡ ਹਸਪਤਾਲਾ ਪਿੰਡ ਦਾ ਮਿਸਤਰੀ ਪ੍ਰੇਮ ਦਾ ਅੱਛਾ ਤਾਂ ਪਹਿਲੇ ਪਹਿਲੇ ਗੱਲ ਸੁਣਾਤੀ ਵੀ ਗੁੱਸਾ ਨਾ ਕਰੀ ਹੈ ਹਾਂ ਇਹਦੇ ਚਾਹੇ ਜਦ ਹਾਸੀ ਮਖੌਲ ਕਰਦੇ ਤੇ ਅੱਜ ਕੱਲ੍ਹ ਗੁੱਸਾ ਕਰਦੇ ਉਹ ਸੀ ਮੈਂ ਸਾਡੇ ਸਾਰੇ ਵੀ ਲੈਣ ਚੜ ਗਿਆ ਉਹਨੇ ਥੱਲੇ ਰੱਖਤੀ ਪਾਥੀ ਅੱਛਾ ਉਹ ਜਾ ਮੀਂਹ ਪੈਣ ਲੱਗਾ ਪਾਥੀ ਫੁਰ ਗਈ ਸਤਰੀ ਬੇਸਲੇ ਸਤਰੀ ਬੇਸਲੇ ਹਾਂ ਮਿਰਚੀ ਕੋਈ ਟੁੱਟ ਗਈ ਸੀ ਥਮਲਾ ਕਰਨ ਚਲੇ ਗਿਆ ਉਹਦੇ ਸੀ ਚੱਲੇ ਮਿਰਚੀ ਗਜ ਵੀ ਲੈ ਗਿਆ ਗੁਣੀਆ ਵੀ ਲੈ ਗਿਆ ਤੇ ਬਾਕੀ ਫੀਤਾ ਫੁੱਤਾ ਸਭ ਕੁਝ ਲੈ ਗਿਆ 9 ਲੱਖਾਂ ਨੇ ਲੈ ਗਿਆ ਜਿਹੜਾ ਮਤਲਬ ਜਿਹਨੂੰ ਅਸੀਂ ਠੁੱਲੂ ਕਹਿੰਦੇ ਆ 9 ਲੱਖਾਂ ਨੇ ਲੈ ਗਿਆ ਉਹ ਜੱਟ ਨੂੰ ਗੱਡਾ ਦੇ ਮਿਰਚੀ ਕਹਿੰਦਾ ਤੂੰ 9 ਲੱਖਾਂ ਲਿਆ ਜੱਟ ਗੱਡਾ ਜੋੜ ਕੇ ਆ ਗਿਆ ਉਹ ਮਿਸਤਰੀ ਰਾਣੀ ਨੇ ਨਾ ਕਾਸੀ ਸਾਹਿਬ ਨੇ ਕਾਸੀ ਜੀ ਘਰ ਵਾਲੀ ਨੇ ਰਾਣੀ ਬੀਬੀ ਬਾਬੂ ਨੇ ਪਟਿਆਲੇ ਦੀ ਆ ਜਿੱਥੇ ਲਾਲ ਸਿੰਘ ਖਜ਼ਾਨਾ ਮਾਤੀ ਜੀ ਆ ਮਗਨ ਸਾਹਿਬ ਗੁੱਡਾ ਜੋਕਾ ਠਾਣਾ ਦੇਵੀਗੜ੍ਹ ਸਮੂਹਗੜ੍ਹ ਪਿੰਡ ਜਿੱਥੇ ਮਗਨ ਲਾਲ ਸਿੰਘ ਖਜ਼ਾਨਾ ਮਾਤੀ ਹਰਾਇਆ ਦੇਵੀਗੜ੍ਹ ਦੇ ਨਾਲ ਮੇਰੇ ਸਾਹਮਣੇ ਮੁਕੁਟ ਟ੍ਰਾਂਸਫਰ ਬੱਸ ਹੈ ਜੀ ਟ੍ਰਾਂਸਫਰ ਮੁਕੁਟ ਬੱਸ ਮੋਹਾਲੀ ਵੇਰ ਸਬੰਧ ਦਾ ਵਾ ਚਾਰ ਸਵੇਰੇ ਨਦੀਆਂ ਜਾਂਦੇ ਆ ਤੂੰ ਗੱਲ ਕਿਆ ਕਰ ਰਿਹਾ ਤੂੰ ਚਾਹੀ ਹੋ ਰਿਹਾ ਪਤਾ ਜਾਂਦਾ ਮੈਂ ਤੁਹਾਨੂੰ ਦੱਸਦਾ ਨਦੀਆਂ ਚਾਰ ਸਵੇਰੇ ਆ ਜਾਂਦੇ ਆ ਬੁਜ਼ਗੀ ਨਦੀ ਦਾ ਜਿਹੜੀ ਬੁਜ਼ਗੀ ਨਦੀ ਆ ਉਹਦਾ ਬਰਾਸਾ ਮੁੱਖ ਮੰਤਰੀ ਨੇ ਨੂੰਹ ਪੱਥਰ ਰੱਖਿਆ ਜਿਹੜੇ ਚੌਂਤੇ ਸਿਸਵਾ ਨਦੀ ਆ ਉਹਦਾ ਖਜ਼ਾਨਾ ਮੰਤਰੀ ਕੋਈ ਕਾਂਗਰਸ ਲੀਡਰ ਦਾ ਅੱਛਾ ਉਹ ਬੱਚੇ ਨੂੰ ਗੱਲ ਫੋਲ ਨਹੀਂ ਦੇ ਮੇਰੇ ਸਰਪੰਚ ਨੇ ਪਤਾ ਟਰਾਲੀ ਮੈਸੀ ਡਾਕਟਰ ਦਾ
ਵਿਰਾਤ ਸਾਰੀ ਨਦੀ ਵਿੱਚ ਲਾ ਗਈ ਆ, ਗਿੱਧਾ ਜੀ ਬਾਬੇ ਕੋ ਮਗਰ ਪ੍ਰਾਂਸਰ ਬਾਰ ਉਹ ਕਿੱਧਰ ਨੂੰ ਚੱਲੇ ਵੀ ਸਟੋਰੀ ਤੇਰੀ ਕਹਿੰਦਾ ਕਿਹਾ ਤੂੰ ਸੁਣਾਉਂਦਾ ਗਿਆ ਬਾਬੇ ਯਾਰ ਉਹ ਚੋਂ ਪਟਿਆਲੇ ਜੇਲ੍ਹ ਵਿੱਚ ਦੇਵੀਗੜ੍ਹ ਉੱਥੇ ਬਹਿਆ ਮੈਂ ਅਸਮਾਨ ਪਿੰਡ ਤੇ ਆਪਣਾ ਮਗਰ ਸਾਹਿਬ ਗੁਰਦੁਆਰਾ ਜੁੜਕਾ ਥਾਣਾ ਜੱਟਾਂ ਨੂੰ ਪਤਾ ਜੱਟ ਆਏ ਭਾਵੇਂ ਰੰਧਾਵੇ ਮਾਲਾ ਨੇ ਜੱਟ ਪੁੱਛਣਾ ਦਵਾਲੀ ਸੂਟ ਪਾਇਆ ਪੀੜਾ ਨਾਲ ਖੁੱਲ ਵੀ ਰਾਣੀ ਪਿਓ ਦੇਖੋ ਮੇਰੀ ਫੋਟੋ ਭੈਣ ਵਿੱਚੀ ਮੁਛਕੜ ਜੀ ਭੈਣ ਵਿੱਚੀ ਮੈਨੂੰ ਕਿਸ ਮਤਲਬ ਸਰਪੰਚ ਘੈਣ ਵਿੱਚੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਮਿਸਤਰੀ ਕਹਿੰਦਾ ਵੀ ਤੈਨੂੰ ਕੁੰਡੀ ਦੇਣੀ ਪੈਣੀ ਐਂ ਨਹੀਂ ਗੱਲ ਪੈਣੀ ਬਣ ਗਈ ਗੱਲ ਬਣ ਦਾਂਗੇ ਥਾਰ ਚਾਚੀ ਦੀ ਥਾਰ ਲੱਗ ਗਈ ਉਹੀ ਹੈ ਮੁੰਡਾ ਖੋਲਣ ਨੂੰ ਕਹਿਣਾ ਉਹਨੇ ਹੁਣ ਨਹੀਂ 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 ਸਰ ਗਿਆ ਸਰ ਗਿਆ ਪ੍ਰਧਾਨ ਮੰਤਰੀ ਛੱਡ ਹੁਣ ਮੋਦੀ ਪ੍ਰਧਾਨ ਮੰਤਰੀ ਪਹਿਲਾਂ ਆਪਣਾ ਕੰਮ ਕਰੀ ਰਾਸ਼ਟਰਪਤੀ ਗਿਆਨੀ ਜਰਨੈਲ ਸਿੰਘ ਰਾਸ਼ਟਰਪਤੀ ਉਹਦੇ ਵਿੱਚ ਪਾ ਬਾਬੇ ਫਿਰ ਉੱਪਰ ਨੂੰ ਇਹ ਹੁਣ ਤੇਰਾ ਪਹੁੰਚੂ ਹੁਣ ਮੇਰਾ ਤਾਂ ਪਹੁੰਚ ਗਿਆ ਤੇਰਾ ਪਹੁੰਚੂਗਾ ਹੁਣ ਬਚਾ ਕੇ ਕਿਤੇ ਹੁਣ ਕੁਰਸੀ ਦਾ ਨੁਕਸਾਨ ਵੀ ਕਰ ਲਈਏ ਆਪਾਂ ਉਹ ਤੇਰਾ ਨਹੀਂ ਮੇਰੇ ਹੀ ਪਹੁੰਚੂਗਾ ਫਿਰ ਲਾ ਵੀ ਕਰਨ ਫਿਰ ਪਾ ਬਹੁਤ ਲੋ ਪਾਪਾ ਚੜ੍ਹਨ ਲੱਗੇ ਉੱਪਰ ਫਿਰ ਮੇਰੀ ਗੱਲ ਸੁਣ ਇਹਨੂੰ ਥੱਲੇ ਪਹਿਲਾਂ ਪਾ ਦਿੰਦੇ ਹਾਂ ਜਗਾੜ ਦੇ ਫਿੱਟ ਕਰੀਏ ਹਨਾ ਪਹਿਲਾਂ ਜਗਾੜਾ ਫਿੱਟ ਕਰ ਲੈਂਦੇ ਫਿਰ ਸਿੱਧਾ ਹੀ ਟੰਗ ਦੂ ਉਹਦੇ ਕੋਲ ਬੜੀ ਨੱਟ ਪਾਈ ਵਿੱਚ ਚਾਹੀਦੀ ਮੁੱਖ ਮੰਤਰੀ ਦਾ ਪੰਜਾਬ ਦਾ ਤਾਂ ਹੀ ਤਾਂ ਵੋਟਾਂ ਨੀ ਪਾਉਣੀਆਂ ਆਪਾਂ ਨੇ ਬਾਈਬਲ ਕਲਾਮ ਗੋਲੀ ਕਾਂਡ ਇਹੀ ਗੱਲ ਪਿੱਛੇ ਤਾਂ ਮਰ ਗਏ ਉਹ ਤੇ ਜਦੇ ਕਾਰਵਾਈਆਂ ਕਰੀਆਂ ਹੁੰਦੀਆਂ ਸਰਦਾਰ ਜੀ ਕੈਪਸਾ ਮੁੱਖ ਮੰਤਰੀ ਦਾ ਬਾਦਲ ਖਵਾਸ ਪਰੇ ਕਾਂਸੀ ਰਾਮ ਖਵਾਸ ਪਰੇ ਪਤਾ ਬੰਦੇ ਵਾਲਾ ਉਹਦਾ ਸੋਹਰਾ ਥਾਲਾ ਬਲੌਰਾ ਕਾਂਸੀ ਰਾਮ ਪਤਾ ਉੱਥੇ ਆ ਮੁੰਗਾ ਸਾਹਿਬ ਪੈਰ ਮਾਇਵਤੀ ਪਤਾ ਮੇਰਾ ਭਾਈ ਇੱਕ ਲਾਗੀ ਬਾਥਰੂਮ ਲਾਗੀ ਕਰ ਹਾਂ ਜਸਪਾਲ ਸਿੰਘ ਟੈਕਸੀ ਰੋਡ ਦਾ ਡਰਾਈਵਰ ਹਰੀਆ ਭਾਈਚਾਰਾ ਕਿੰਨਾ ਕੁ ਅੰਗਰੇਜ਼ੀ ਬੋਲਣੀ ਚੁੱਪ ਵੀ ਕਰਦਾ ਹਾਂ ਪੁੱਛਣਾ ਅਸੀਂ ਪਤਾ ਨਵੇਂ ਸ਼ਹਿਰ ਗਏ ਤੇ ਮੇਰਾ ਭਾਈ ਖੈਰਾ ਸਾਹਿਬ ਵਹਿ ਬਦਲ ਭੈਣ ਮਾਇਵਤੀ ਮੈਡਮ ਉਹ ਹੈਲੀਕਾਪਟਰ ਦਾ ਜੀ ਉਹ ਕਹਿਣ ਵਿੱਚ ਜੀ ਪੁੱਛ ਜ਼ਿਆਦਾ ਹੀ ਲੰਬੀ ਛੇੜ ਲਿਆ ਉਸ ਹੁਣ ਪਤਾ ਬੀਬੀ ਸੁਖਵੰਤ ਕੌਰ ਸੰਧੂ ਮੈਡਮ ਸਿੱਖਾਂ ਕਹਿੰਦੇ ਬੀਬੀ ਸੁਖਵੰਤ ਕੌਰ ਸੰਧੂ ਕਹਿ ਲੈ ਹੁਣ ਬੋਲੋ ਸਮਾਜ ਪਰ ਸਿੱਖੀ ਕਿੱਥੇ ਗਈ ਤੁਹਾਡੀ ਫਿਰ ਦੱਸੋ ਸਿੱਖੀ ਦੱਸੋ ਦੱਸੋ ਚੰਨੀ ਬਾਈ ਬੜਾ ਤਾਂ ਖੈੜ ਕਾਂਗਰਸ ਟਿੱਟੀ ਮੇਰਾ ਭਰੋਜਾ ਕਹਦਾ ਬੜਾ ਤਾਂ ਤੇਰੀ ਭੈਣ ਛੱਡ ਦੂੰ ਕਰ ਦੇ ਬੰਦ ਕਰ ਦੇ
ਚੌਕ ਛੱਡ ਬੜਾ ਚੌਕ ਚੌਕ ਤੂੰ ਨੀ ਹਟਦਾ ਤੂੰ ਧੱਕਾ ਕਰਦਾ ਉਹਦੇ ਨਾਲ ਮੈਨੂੰ ਮਿਸਤਰੀ ਸ਼ਾਂਤੀ ਰੱਖ ਲਿਆ ਯਾਰ ਮੜੀ ਜੀ ਇੱਕ ਸ਼ਾਂਤੀ ਪਤਾ ਨਹਿਰੂ ਸ਼ਾਂਤੀ 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 ਇੱਕ ਨੂੰ ਪੱਥਰ ਚ ਧਰਨੇ ਜੱਟ ਨੇ ਪਤਾ ਪੱਥਰ ਪੂਜਿਆ ਤਾ ਉਹਦੇ ਵਿੱਚ ਰੱਬ ਨਿਕਲਿਆ ਤਾ ਭਗਵੰਤ ਮਾਨ ਮੁੱਖ ਮੰਤਰੀ ਕੰਗ ਸਾਹਿਬ ਜੋ ਕੰਗ ਫੂਰ ਮਾਜੜਾ ਚੰਡੀਗੜ੍ਹ ਨਵਾਂ ਕਰਾਓ ਪਤਾ ਹਰਸਿੰਘ ਸੇਠ ਮਰਿਸਿੰਘ ਸੇਠ ਅੰਦਰ ਵਾਲੇ ਘੈਂਟ ਵਿੱਚ ਜੀ ਘੈਂਟ ਵਿੱਚ ਜੀ ਚੱਲ ਹੁਣ ਮੈਂ ਜੋੜ ਲਾ ਦਵਾਂ ਉੱਥੇ ਹੁਣ ਸ਼ਾਂਤੀ ਰੱਖ ਨਾ ਕਰਤਾ ਜੀ ਆਪਾਂ ਨੇ ਕਨੈਕਸ਼ਨ ਓਕੇ ਥੋੜਾ ਜਾ ਫਰਜੇ ਸਿੱਧੇ ਕਰਨੇ ਵਾਲੇ ਤਾਂ ਝੋਲ ਮਾਰਦਾ ਠੀਕ ਆ ਹਵਾ ਤਾਂ ਸੋਹਣੀ ਆ ਫਾਰਮ ਬਣਾਉਣ ਮੈਂ ਕਿੱਥੇ ਬਣਾਉਣਾ ਫਾਰਮ ਚੁੱਪ ਕਰਦਾ ਹੈਗਾ ਅੱਛਾ ਕੀ ਕਹੀ ਹਾਂ ਹਮੜੀ ਜੀ ਕੁਰਸਾ ਨੂੰ ਕੁਰਸੀ ਉਹ ਉੱਥੇ ਰੱਖ ਲੈ ਅੰਦਰ ਨੂੰ ਛਾਵਾਂ 'ਚ ਰੱਖ ਲੈ ਛਾਵਾਂ ਚੱਕ ਕੇ ਛਾਵਾਂ ਠੰਡੀਆਂ ਛਾਵਾਂ ਛਾਵਾਂ ਮਾਵਾਂ ਠੰਡੀਆਂ ਛਾਵਾਂ ਮਾਂ ਬੋਲੀ ਪਤਾ ਬੂਟਾ ਸੀ ਮੱਝ ਸੀ ਬਾਲਿਆ ਗਵਰਨਰ ਅੱਛਾ ਸ੍ਰੀ ਬਰਨਾਲਾ ਬੁੱਢਾ ਪਰ ਹੁਣ ਮੈਂ ਸਾਰਾ ਤੈਨੂੰ ਅਸੀਸਾਂ ਦੇਣੀਆਂ ਵੀ ਤੂੰ ਮਿਸਤਰੀ ਆ ਗਿਆ ਤਾਂ ਮੈਂ ਮਾੜਾ ਜਿਹਾ ਕੰਮ ਕਰਤਾ ਨਹੀਂ ਤਾਂ ਕੰਮ ਰੁਕਿਆ ਹੋਇਆ ਤਾਂ ਹਾਂ ਪੋਲੀਟੀਕਲ ਸਾਇੰਸ ਪੋਲੀਟੀਕਲ ਸਾਇੰਸ ਹਾਂ ਮਿਸਤਰੀ ਚੱਲ ਫਿਰ ਠੀਕ ਆ ਹੈ ਚੱਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬੜੀ ਮਿਹਰਬਾਨੀ ਤੈਂ ਕੰਮ ਜਿਹੜਾ ਕਰਿਆ ਮੇਰੇ ਨਾਲ ਕਰਾਇਆ ਆਸਾਨ ਮੈਂ ਕਿਤੇ ਭੁੱਲੂੰਗਾ ਨਹੀਂ ਮਿਸਤਰੀ ਠੀਕ ਹੈ ਨਾ ਐਕਣਾ ਜੇ ਕਹਿੰਦੇ ਜੇ ਭਾਈ ਹੈ ਭਾਈ ਭਾਈ ਆਪਸ ਵਿੱਚ ਇੱਕ ਦੂਸਰੇ ਕੰਮ ਆ ਜਾਣ ਉਹਦੇ ਵਰਗੀ ਕੋਈ ਰੀਸ ਨਹੀਂ ਹੁੰਦੀ ਹੈਗੀ ਹਨਾ ਰੀਸ ਚੱਕੀ ਵਾਲਾ ਪਤਾ ਗੱਡਾ ਲੈ ਕੇ ਜਾਂਦਾ ਮੁੰਡਾ ਕੋਈ ਨਾ ਕੋਈ ਚੱਲ ਵਾਲੇ ਪਤਾ ਉੱਥੇ
ਚਲੋ ਜੀ ਹੁਣ ਗੱਲ ਏਦਾਂ ਵੀ ਇਹ ਰੀਲ ਪੈ ਗਈ ਲੰਬੀ ਚੌੜੀ ਪੈ ਹੁਣ ਅਸੀਂ ਵੀ ਤੁਹਾਨੂੰ ਨਿਆਣੇ ਘਰ ਵਾਹਿਗੁਰੂ ਸਰਬਤ ਬਸ ਹੁਣ ਬਸ ਠੀਕ ਹੈ ਜੀ।